हाँ भाई आड़ियो जल्दी जल्दी वीडियो शेयर कर दो ते ये जड़े कमेंट करोगे तुसी ना थल्ले वो पंजाबी च करया करो, इंग्लिश च ना करया करो। ये मतलब ये नहीं इंग्लिश सानू आउंदी नहीं, पर पंजाबी दे विच करोगे ना तो ज़्यादा स्वाद आऊगा। चलो देख लो वीडियो। चाचा जी श्री काल हो जूगा सट से हो जूगा वीर करियां। हां जी वो सामने ही पए ने। ठीक है हां जी हूं ठीक है। मेरी नौकरी ना भगदी अच्छा और तू ठीक है। हां जी चाचा जी आजकल या पानी दी घुट लेके आ मेरे पास। नौकरी ता चंगे पले आजकल दलवीर सारी सस्पेंड हो गई। बोलदा नहीं बोला 2 महीने बाद फिर नौकरी दे दलवीर ओए हां ओ आ जा भाई चाचा ओए होए ਕਿਵੇਂ ਠੀਕ ਆ ਸਰਮ ਕਰ ਲਾ ਮਾੜੀ ਮੋਟੀ ਚਾਚਾ ਆ ਪਿਆ ਟੋਰ ਲਾਲ ਕੀ ਫਾਇਦਾ ਤੇਰੇ ਬੜੇ ਲਿਖੇ ਦਾ ਟੈਨਸ਼ਨ ਪੈ ਰਹੀ ਆ ਇਹ ਕਾਦੀ ਟੈਨਸ਼ਨ ਹੋਰ ਭਾਈ ਜੱਸੀ ਠੀਕ ਹੈ ਹਾਂਜੀ ਘਰੇ ਠੀਕ ਨੇ ਸਾਰੇ ਪਾਣੀ ਲਿਆ ਡਿਊਟੀ ਤੋਂ ਕਦੋਂ ਆਇਆ ਤੂੰ ਬਸ ਆਈ ਕੱਲ ਪਰਸੋਂ ਹੀ ਆਇਆ ਜੀ ਆ ਦੇਖ ਲੈ ਇਹਦੇ ਲੱਛਣ ਹੈ ਮੇਰੇ ਸਾਲ ਨੂੰ ਇੰਨਾ ਸਮਝਾਉਣਾ ਭਾਈ ਨਾ ਕਰਿਆ ਕਰ ਇਹ ਜੀਆਂ ਹਰਕਤਾਂ ਨਾ ਕਰਿਆ ਕਰ ਸਾਰੇ ਲਾਣੇ ਦੀ ਮਿੱਟੀ ਪਲੀਤ ਕਰਤੀ सच्ची गल घूट तू क्यों भाई जस्सी तू दा फौचा तेनू दा पता सोकर मना मैं नाल वग गया उन्हां दे चाह धर ली केस पौंदे ते गेट बंद कर लिया महा अंदर ना जाने फिर महा जे अंदर आ गए मैं कपड़े पड़वा के थाने च लेके जाऊ महा गलत केस तू रैण दे ना करी कुछ ਸੰਭਾਲ ਲੈ ਮੈਂ ਆਪੇ ਉਹਦਾ ਲਵਾ ਲੈ ਉਹਦੇ ਗਲ ਤੇ ਪੱਟਾ ਜਿਹਾ ਠੀਕ ਆ ਹੁਣ ਠੀਕ ਆ ਹਾਂ ਚੱਲ ਸੋ ਕਰਾ ਨਾ ਕਰਿਆ ਕਰ ਇਹ ਜਿਹਾ ਮੇਰੀ ਨੌਕਰੀ ਦਾ ਸਵਾਲ ਸੀਗਾ ਕਿਉਂਕਿ ਮੈਨੂੰ ਮੁਹਾਲੀ ਬੋਰਡ ਵਾਲਾ ਜਾਣਦਾ ਹੈ ਹੋਰ ਫਿਰ ਭਾਈ ਜੱਸੀ ਕਿੰਨੇ ਕੁ ਦਿਨ ਰਹਿ ਗਏ ਛੁੱਟੀ ਦੇ ਹੈ ਕਿ ਨਹੀਂ ਤਾਂ 10-12 ਦਿਨ ਪਏ ਨੇ ਇਹਨੂੰ ਦੇ ਜਿਆ ਕਰ ਮਾੜੀ ਮੋਟੀ ਮੱਤ ਸਿਖਿਆ ਦੇ ਕਰ ਕੁਛ ਇਹਦੇ ਕੰਮ ਜਿੰਨੇ ਪੁੱਠੇ ਨਹੀਂ ਪੜਿਆ ਲਿਖਿਆ ਹੁੰਦਾ ਕਿਹੜਾ ਪੜਿਆ ਲਿਖਿਆ ਕਹਿੰਦਾ ਜਵਾਖਾਂ ਨੂੰ ਪੜਾਉਣਾ ਮੇਰਾ ਸਾਲਾ ਜਨੈਟਰਾਂ ਦੇ ਤੇਲੇ ਬਦਲੀ ਜਾਂਦਾ ਉੱਥੇ ਕੀ ਪੜਾਉਂਦਾ ਇਹਨੂੰ ਤਾਂ ਇਹ ਹੋਰ ਟੀਚਰ ਰੱਖ ਨਹੀਂ ਰਹੀ ਸਰਕਾਰ ਮੇਰਾ ਕੀ ਕਸੂਰ ਹੈ ਚਾ ਮੈਂ ਤਾਂ ਸਾਰੇ ਕੰਮ ਕਰਨੇ ਜਾਣਦਾ ਨਾਲੇ ਕਹਿੰਦੇ ਤਾਂ ਸਿੰਗਾਪੁਰ ਜਾਣ ਚਾਹੁੰਦੀ ਹੁਣ ਨੋ ਆਇਆ 40 ਮਾਸਟਰ ਗਏ ਸੀ 41 ਨੰਬਰ ਮੇਰਾ ਸੀ ਮੈਂ ਇਹਦੇ ਕਰਕੇ ਨਹੀਂ ਗਿਆ ਅੰਦਰ ਫਿਰਦੀ ਆ ਜਿਹੜੀ ਇਹ ਕਹਿੰਦੀ ਮੇਰਾ ਜੀ ਨਹੀਂ ਲੱਗਣਾ ਉਹ ਬਾਕੀ ਕਿ ਜਾਣੇ ਨੇ ਜੀ ਮੈਂ ਤੂੰ ਦੀ ਜੜਤਾ ਆਹੀ ਹੈ ਉਹਦਾ ਮੇਰੇ ਸਾਹਿਬ ਨਾਲ ਬਾਗੇ ਪਤਾ ਨਹੀਂ ਜਾਣੇ ਨੇ ਸਾਹਿਬ ਜਾਂ ਨਹੀਂ ਹੈਗਾ ਕੋਈ ਮਾਨ ਸਾਹਿਬ ਕਹਿੰਦੇ ਕਿ ਅੱਛਾ ਮਾਨ ਸਾਹਿਬ ਨੇ ਕਰਿਆ ਸੀ ਮੈਨੂੰ ਫੋਨਾ ਉਹ ਇਕੱਠੇ ਅਸੀਂ ਫਿਜ਼ੀਕਲ ਕਰਦੇ ਰਹਾਂਗੇ ਇੱਥੇ ਸਨਾਮ ਲੱਛਣ ਸੁਧਾਰ ਲਾ ਪੁੱਤ ਤੂੰ ਹੈ ਨਹੀਂ ਸਾਰੇ ਪਿੰਡ 'ਚ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਆਪਾਂ ਇੱਕ ਤਾਂ ਤੈਨੂੰ ਦੇ ਕੇ ਉਦੋਂ ਤੈਨੂੰ ਪੈ ਮੈਂ ਤਾਂ ਗਲਤੀ ਉਦੋਂ ਕਰਤੀ ਜਦੋਂ ਤੈਨੂੰ ਪੈਸੇ ਦੇ ਤੇ ਤੇਰਾ ਪਿਓ ਮਰ ਗਿਆ ਸੀ ਮੈਂ ਤੇਰਾ ਪੱਲਾ ਛੱਡ ਦਿੰਦਾ ਵਧੀਆ ਰਹਿੰਦਾ ਮੈਂ ਤਾਂ ਬਸ ਉਈ ਤੇਰੇ ਉਹ ਗੱਲਾਂ 'ਚ ਆ ਕੇ ਤੈਨੂੰ ਪੈਸੇ ਦੇ ਤੇ ਲਵਾਤਾ ਤੈਨੂੰ ਮਾਸਟਰ ਕੋਈ ਚੱਜ ਦਾ ਲੱਗ ਜਾਂਦਾ ਭਾਂ ਦਾ ਜਵਾਖਾਂ ਨੂੰ ਤਾਂ ਪੜ੍ਹਾ ਲੈਂਦਾ ਅੱਲੇ ਜਵਾਕ ਹੀ ਮਾਰਤਾ ਤੀ ਲੈ ਜੱਸੀਆ ਕੱਲਾ ਕਹਿ ਰਿਹਾ ਮੁੰਡਾ ਬਾਈ ਆ ਕਹਿੰਦਾ ਸਾਰੀ ਜ਼ਿੰਦਗੀ ਭਰ ਦਾ ਮਿਹਣਾ ਹੋ ਗਿਆ ਤੀ ਕੀ ਮੂੰਹ ਦਿਖਾਉਂਦੇ ਆਪਾਂ ਲੋਕਾਂ ਨੂੰ ਲੱਗਦੀ ਪਤਾ ਮੈਨੂੰ ਹਾਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਸੀ ਹੁਣ ਠੀਕ ਗੱਲ ਦਾ ਹੋ ਗਿਆ ਉਹ ਸਰਵ ਕੀ ਹੁੰਦਾ ਕਹਿੰਦਾ ਉਹ ਸਰਵਾਈਕਲ ਹਾਂ ਪਟਾ ਜਿਹਾ ਲਾਇਆ ਤਾਂ ਬਜਾਰੇ ਕੁੱਤੇ ਵਾਲਾ ਪਟਾ ਜਿਹਾ ਲਾਤਾ ਗਲ ਤੇ ਸਪੋਰਟ ਦੇਰ ਕੀ ਹਾਂ ਉਹਦਾ ਬਜਾਰੇ ਨੂੰ ਸਾਹ ਮਸਾ ਆਉਂਦਾ ਮੈਂ ਠੰਡੀ ਕਰਕੇ ਇਹ ਗੱਲ ਹੋ ਬਗ ਜੇ ਤੁਸੀਂ ਦੋਏ ਜੀ ਪਤਾ ਲੈ ਆਓ ਅਗਲੇ ਨੂੰ ਐਂ ਹੋ ਜਾਂਦਾ ਵੀ ਚੱਲ ਘਰੇ ਤਾਂ ਆ ਗਏ ਤੂੰ ਬਗ ਜਾ ਸਾਡੇ ਨਾਲ ਮੈਂ ਨਹੀਂ ਜਾਂਦਾ ਬੱਲਾ ਮੈਂ ਨਹੀਂ ਜਾਂਦਾ ਮੇਰੇ ਦਾੜੀ 'ਚੋਂ ਫੁੱਲ ਪਵਾਓਗੇ ਤੁਸੀਂ ਹੋ ਉਹਦੀ ਬੁੜੀ ਪਤਾ ਕਿੰਨੀ ਭੱਖੀ ਪਈ ਆ ਉਹ ਤਾਂ ਇੰਨੀ ਤੇਜ਼ ਆ ਤਾਂ ਉਈ ਨਹੀਂ ਕਿਸੇ ਨੂੰ ਆਉਣ ਦਿੰਦੀ ਇਹਨੂੰ ਲੈ ਕੇ ਜਾਂਦਾ ਹਾਂ ਇਹਨੂੰ ਨਾਲ ਲੈ ਜੀ ਬੁੜੀਆਂ ਦੀ ਗੱਲ ਕੁਛ ਹੋਰ ਹੁੰਦੀ ਆ ਕੁਛ ਬੋਲੀ ਨਾ ਆਪੇ ਤੂੰ ਤੂੰ ਮੈਂ ਕਰਨੀ ਹੋਈ ਆਪੇ ਕਰ ਲੈਣਗੇ ਗੱਲਬਾਤ ਠੀਕ ਆ ਜਾਂਦੇ ਆ ਜੀ ਹਾਂ ਤੁਸੀਂ ਦੋਏ ਜੀ ਕਰੀਨੇ ਹੈ ਕਰੀਨੇ ਹਾਂ ਲੈ ਆਏ ਉਹਨੂੰ ਜਵਾਬ ਮੈਂ ਆ ਲੈ ਕੇ ਆਉਣਾ ਸਾਰ ਵਾਲੇ ਤੋਂ ਆ ਛੱਡ ਕੇ ਗਿਆ ਘਰੇ ਠੀਕ ਠਾਕ ਆ ਵਧੀਆ ਅੱਛਾ ਠੀਕ ਮੈਂ ਚੱਲਦਾ ਹੁਣ ਚੰਗਾ
ਨਾਲੇ ਸੁਧਰ ਜਾ ਤੂੰ ਇਹੋ ਜਿਹੇ ਕੰਮ ਨਾ ਕਰਿਆ ਕਰ, ਰਹਿਣ ਦਿਆ ਟੂਸਣਾ ਟਾਸਣਾ ਜੀ ਇਹਨੂੰ, ਹੋਰ ਭੈਣ ਦਾ ਇੱਥੇ ਕਿਸੇ ਦਾ ਜਵਾਕ ਮਰਾਵੇਗਾ ਕਜੀਆ ਕਰੇਗਾ ਕੋਈ ਹੈ। ਚਾਹ ਕੋਈ ਨਾ ਜੱਸੀ ਬਹਿਨੇ ਆਪਾਂ ਹੱਥ ਨੇ ਫਿਰ ਹੈਂ, ਠੀਕ ਹੈ ਹਾਂ, ਚਾਹ ਬਣਾ ਲਈ ਕੁੜੀਏ ਬਹੋਲੀ ਲੈ ਹੈਂ। ਚੱਲ ਹੁਣ ਪੀਏ ਲੈਣਾ ਘੁੱਟ ਘੁੱਟਾ, ਆਏ ਕਰਦਾ ਮੈਂ ਉਹਨੂੰ ਭੇਜ ਦੂੰਗਾ, ਕਾਲੇ ਨੂੰ ਭੇਜ ਦੂੰਗਾ ਕੱਪ ਜਾ ਲੈ ਕੇ ਹੈਂ। ਮੈਂ ਡੰਗਰ ਜੇ ਬੰਨ ਲਾ ਘਰੇ ਜਾ ਕੇ, ਫਿਰ ਕਹਿਣਗੇ ਵੀ ਪਤਾ ਨਹੀਂ ਜਾ ਕੇ ਉੱਥੀ ਵਗਿਆ, ਮੈਂ ਤੈਨੂੰ ਸੁਨੇਹਾ ਲਾਉਣ ਆਇਆ ਸੀ, ਨਾਲੇ ਤੂੰ ਦੇ ਲੈ ਕਰ ਮੱਤ ਮਾੜੀ ਮੋਟੀ ਇਹਨੂੰ ਨਾਲ ਵਗ ਜੀ ਦੇ ਉਹਨਾਂ ਦੇ ਸਿੰਮੂ ਕੇ ਪਤਾ ਲੈ ਉਹ, ਉਹਦੀ ਮਾਂ ਤਪੀ ਫਿਰਦੀ ਸੀ, ਠੀਕ ਹੈ, ਕਹਿੰਦੀ ਇੱਕ ਤਾਂ ਸਾਡਾ ਜਵਾਕ ਮਾਰਤਾ ਤੀ ਹੈ ਜਾਇਦਾਦ ਦੀ ਕਰਤੀ, ਉੱਤੋਂ ਕਹਿੰਦੀ ਪਤਾ ਨਹੀਂ ਲੈਣ ਆਏ। ਓ ਹਾਂ ਚੰਗਾ ਜੱਸੀ ਭਾਈ, ਤੂੰ ਵੀ ਲੰਘ ਜੀ ਘਰੇ ਟਾਈਮ ਨਾਲ ਹੈਂ। ਫੌਜੀਆ ਫਿਰ ਮੈਂ ਜਾਇਆ ਵਾਂ, ਹੈਂ ਦੇਖਦਾ ਮੈਂ ਜਾਂਦਾ ਫਿਰ, ਇਹਨੂੰ ਲੈ ਜਾਂਦਾ ਨਾਲ ਮੈਂ ਵਾਈਫ ਨੂੰ, ਇਹਨੂੰ ਕਰ ਦੂੰ ਮੂਹਰੇ ਜੇ ਕੋਈ ਗੱਲਬਾਤ ਹੋਈ ਉੱਥੇ, ਹੈਂ ਜਾਂਦਾ ਫਿਰ ਮੈਂ, ਮੇਰੇ ਤਾਂ ਗੋਡੇ ਦੁਖਦੇ ਨੇ। ਚੱਲ ਫਿਰ ਮੈਂ ਵੀ ਜਾਣਾ ਸੰਗਰੂਰ ਜਾਣਾ, ਜੋ ਕੀ ਕਰਨਾ ਉਹ ਕੰਟੀਨ ਦਾ ਸਮਾਨ ਸਮਾਨ ਲੈ ਜੀ। ਅੱਛਾ ਹਾਂ, ਮੈਨੂੰ ਬਿਸਕੁਟ ਲਿਆ ਕੇ ਦੇ ਕਰੀਮ ਵਾਲੇ, ਹਾਂ ਮਿਲ ਗਏ ਤਾਂ ਲਿਆਉਂਗਾ, ਠੀਕ ਹੈ, ਚਾਹ ਨਾਲ ਬੜੇ ਸਵਾਦ ਲੱਗਦੇ ਨੇ ਉਹ, ਠੀਕ ਹੈ ਹਾਂ। ਚੱਲ ਫਿਰ ਲੇਟ ਹੋ ਜਾਣਾ, ਮੈਂ ਵੀ ਜਾਣਾ, ਹੋਰ ਮੈਂ ਵੀ ਜਾਣਾ, ਜੇ ਕੋਈ ਗੱਲਬਾਤ ਹੋਈ ਤੈਨੂੰ ਦੱਸੂ ਮੈਂ ਫਿਰ, ਜੇ ਪੁਲਿਸ ਨੇ ਨਾ ਮੰਨੀ ਇੱਥੇ ਨਾ ਤੂੰ ਤਾਂ ਹਾਂ ਕਹਿ ਦੇਗਾ ਉਹਨਾਂ ਨੂੰ, ਮੈਨੂੰ ਆਰਮੀ ਦੇ ਦੇਣੀ ਯਾਰ, ਜੇ ਫਿਰ ਸਕਿਉਰਿਟੀ ਮੋਦੀ ਦੀ ਗੱਲ ਨਹੀਂ, ਇੱਥੇ ਚੜ੍ਹਾਪ ਵੀ ਹੋ ਸਕਦੀ ਹੈਗੀ, ਕਿਉਂਕਿ ਉਹ ਬਾਲੇ ਨੇ ਉਹਨਾਂ ਦੇ ਯਾਰ, ਜਵਾਕਾਂ ਜਾਂ ਦੇ ਭਾਈ ਚਾਚੇ ਖਾਸੇ ਨੇ, ਮੈਂ ਇਕੱਲਾ ਨੌਕਰੀ ਦਾ ਡਰ, ਮੈਨੂੰ ਖੁਖਦੇ ਗੋਡੇ ਨੇ ਇੱਕ ਜੀ ਜੀ, ਹੁਣ ਤਾਂ ਬਾਲਾ ਲੱਕ ਜੀ ਨੂੰ ਹੋ ਗਿਆ ਜੀ, ਲੱਕ ਜੇ ਚ ਹੁਣ ਤਾਂ ਚੁਕਾ ਜਾ ਪਾਲਾ ਜੀ, ਹਾਂ ਮੇਰੇ ਤਾਂ ਗੋਡੇ ਦੁਖਦੇ ਤੀ, ਹੁਣ ਲੱਕ ਵੀ ਦੁਖਣ ਲੱਗ ਗਿਆ, ਫਿਰ ਮੈਂ ਕੀ ਕਰਾਂ ਦੱਸ, ਹਾਏ ਟੈਨਸ਼ਨ 'ਚ ਹੋ ਗਿਆ, ਨਾ ਕਰਿਆ ਕਰ ਇਹੋ ਜਿਹਾ ਕੰਮ, ਜਦ ਤਾਂ ਸਮਝਦਾ ਨਹੀਂ ਹੈਗਾ। ਚਾਚਾ ਆਇਆ ਦੀ, ਫਿਰ ਕੀ ਕਹਿੰਦਾ? ਚਾਚਾ ਕਹਿੰਦਾ ਗੱਲ ਸੁਣ ਮੇਰੀ, ਕਹਿੰਦਾ ਤੁਸੀਂ ਉਹਨਾਂ ਦੇ ਘਰੇ ਵਗ ਜੋ, ਪਤਾ ਲਿਆਓ ਸਾਰੋਂ ਵਾਲੇ ਡਾਕਟਰ ਤੋਂ ਲਿਆਤਾ ਸਿੰਮੂ, ਜਾਂ ਫਿਰ ਲਿਆ ਪਤਾ, ਤੂੰ ਜਾਣਾ ਮੇਰੇ ਨਾਲ, ਮੈਂ ਮੂੰਹ ਕੋਈ ਨਹੀਂ ਜਾਂਦੀ ਹੈਗੀ, ਕਿਉਂ ਕਿਉਂ ਮੈਂ ਕਿਉਂ ਜਾਵਾਂ, ਆਪ ਕਰੀ ਆਪ ਭੁਗਤ, ਪਹਿਲਾਂ ਤਾਂ ਹਟਦਾ ਨਹੀਂ ਪੁੱਠੇ ਕੰਮਾਂ ਤੋਂ, ਉਹ ਐਂ ਕਹਿਣਾ ਵਾ ਮੇਰੇ ਨਾਲ ਵਗ ਜਾ, ਆਪਾਂ ਪਤਾ ਲਿਆਈਏ, ਕਈ ਵਾਰੀ ਉੱਥੇ ਐਵੇਂ ਕੁੱਟ ਕਟਈਆ ਹੋ ਜੇ ਬੰਦੇ ਦਾ, ਤੈਨੂੰ ਤਾਂ ਮੂਹਰੇ ਕਰ ਦੂ ਵੀ ਲੇਡੀਜ਼ ਹੈ, ਬਈ ਸੌ ਦੀ ਇੱਕ ਸੁਣ ਲਾ, ਮੇਰੇ ਤੋਂ ਨਹੀਂ ਜਾਇਆ ਜਾਂਦਾ, ਆਪਣੀਆਂ ਕਰੀਆਂ ਆਪ ਹੀ ਭੁਗਤਿਆ ਕਰ, ਤੇਰੇ ਘਰ ਕੀ ਕਰਦਾ ਸਾਰਾ ਕੁਛ, ਪਹਿਲਾਂ ਸਕੂਲ 'ਚ ਸਕੂਲ 'ਚ ਮੈਨੂੰ ਲੈ ਗਿਆ, ਉੱਥੇ ਮੇਰਾ ਜਲੂਸ ਕਢਾਤਾ, ਕਣਕ ਵੇਚ ਕੇ ਆਪ ਖਾਈ ਮਿੱਡ ਡੇ ਮਿਲਦੀ, ਸਾਰਾ ਕੁਛ ਤੇਰੇ ਕਰਕੇ ਤਾਂ ਹੁੰਦਾ ਯਾਰ, ਤੈਨੂੰ ਸੂਟ ਨਹੀਂ ਲੈ ਕੇ ਦਿੱਤੇ ਸੀ ਉਦੋਂ, ਜਦੋਂ ਉਦੋਂ ਵੀ ਕਹਿੰਦੇ ਮੈਨੂੰ ਸੂਟ ਨਾ ਲੈ ਕੇ ਦਿਓ, ਮਿੱਡ ਡੇ ਮਿਲਦੀ ਕਣਕ 'ਚ ਹੀ ਆਈ ਤੀ, ਜੋ ਮਰਜ਼ੀ ਕਰ ਮੈਂ ਨਹੀਂ ਜਾਂਦੀ, ਐਂ ਕਾਹਨੂੰ ਕਰਦੀ ਆ ਵਗ ਜਾ, 3600 ਵਾਰ ਸਮਝਾ ਲਿਆ, ਪਲੀਜ਼ ਯਾਰ ਇੱਕ ਵਾਰੀ ਰਿਕੁਐਸਟ ਹੈਗੀ ਅੱਗੇ ਤੋਂ ਯਾਰ, ਤੈਨੂੰ ਨਹੀਂ ਕਹਿੰਦਾ ਇਹ ਤਾਂ ਕੀ ਬਣ ਜਾ, ਮੈਂ ਮੇਰੇ ਤੋਂ ਨਹੀਂ ਜਾਇਆ ਜਾਂਦਾ ਹੈਗਾ, ਉਹ ਯਾਰ ਬੁੜੀਆਂ 'ਚ ਬੁੜੀ ਰਲਦੀ ਸੋਹਣੀ ਲੱਗਦੀ, ਮੈਂ ਇਕੱਲਾ ਕੀ ਕਰੂੰ ਉੱਥੇ, ਜਿੱਥੇ ਜੁੱਤੀਆਂ ਪੈਣੀਆਂ ਹੁੰਦੀਆਂ ਮੈਨੂੰ ਅੱਗੇ ਕਰ ਦਿੰਦਾ, ਇੱਕ ਵਾਰ ਪਲੀਜ਼ ਇੱਕ ਵਾਰ, ਕਹਿੰਦਾ ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ, ਤੇਰੇ ਫੁੱਕਣੇ ਤਾਂ ਮੈਨੂੰ ਫੁੱਕਣੇ ਹੀ ਪੈਣੇ ਆ, ਚੱਲ ਬਾਬੇ ਇੱਕ ਵਾਰੀ ਵਗ ਚੱਲੋ, ਚੱਲ ਹੁਣ ਆ ਜਾ ਉੱਠ ਜਾ, ਇੱਕ ਤਾਂ ਹਿੱਲਿਆ ਵੀ ਨਹੀਂ ਜਾਂਦਾ ਹੈਗਾ, ਮੇਰੇ ਤਾਂ ਪਹਿਲੀ ਉਰੋ ਹਿੱਲੀ ਪਈ ਆ ਨਾੜਾ, ਚੱਲ ਚੱਲ ਸਿੱਧਾ ਹੋ ਕੇ ਤੁਰਲਾ ਮੜ ਜਾ ਹੁਣ, ਓਏ ਅਗਲੇ ਨੂੰ ਆਏ ਹੋ ਜਾਊਗਾ ਵੀ ਬਾਲਾ ਇਹ ਵੀ ਡਿਪਰੈਸ਼ਨ 'ਚ ਆ, ਸੁਆ ਡਿਪਰੈਸ਼ਨ 'ਚ, ਚੱਲ ਆ ਬੈਠੀ ਰਹਿ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਿਮੂ, ਠੀਕ ਆ, ਸਤਿ ਸ਼੍ਰੀ ਅਕਾਲ ਬੇਟਾ, ਐਕਟਿਵ ਰਹੋ ਕੋਈ ਗੱਲ ਨਹੀਂ, ਕੋਈ ਨਾ ਐਕਟਿਵ ਤੁਸੀਂ ਬਣਾਤਾ ਜੀ, ਹਾਂਜੀ ਐਕਟਿਵ ਦਾ ਤੁਸੀਂ ਬਣਾਤਾ, ਨਹੀਂ ਸਾਡਾ ਤਾਂ ਕੀ ਕਸੂਰ ਆ ਜੀ, ਤਾਂ ਬੱਚੇ ਆਪਸ ਵਿੱਚ ਝੜਪ ਹੋ ਗਈ ਇਹਨਾਂ ਦੀ, ਮੈਂ ਤਾਂ ਵਾਸ਼ਰੂਮ ਗਿਆ ਹੋਇਆ ਸੀ, ਤੁਸੀਂ ਕਾਹਦੇ ਵਾਸਤੇ ਹੁੰਦੇ ਨੇ ਜਦੋਂ ਬੱਚਿਆਂ ਦੀ ਝੜਪ ਹੋ ਗਈ, ਨਹੀਂ ਮੈਂ ਵਾਸ਼ਰੂਮ ਗਿਆ ਹੋਇਆ ਸੀ ਆਂਟੀ ਜੀ, ਐਕਚੁਲੀ ਨਾ ਇਹਨਾਂ ਨੂੰ ਮੈਂ ਬਣਾਉਟੀ ਸਾਹ ਦੇਣੇ ਸਿਖਾਉਂਦਾ ਸੀ, ਉਹਨਾਂ ਨੇ ਸੱਚੀ ਗੱਲ ਘੁੱਟਤਾ ਕੰਜਰ ਨੇ, ਮੈਨੂੰ ਬਹੁਤ ਪਛਤਾਵਾ, ਤੁਸੀਂ ਸਿਖਾਉਂਦੇ ਸਿਖਾਉਂਦੇ ਖੁਦ ਹੀ ਬਣਾਉਟੀ ਸਾਹ 'ਤੇ ਲਿਆ ਕੇ ਧਰਤਾ ਜਵਾਕ ਸਾਡਾ, ਨਹੀਂ ਬਣਾਉਟੀ ਸਾਹ ਵੀ ਜ਼ਰੂਰੀ ਤੀ ਜੀ, ਕਿਉਂਕਿ ਪੇਪਰ 'ਚ ਆਉਂਦਾ 70 ਤੋਂ 75 ਵਾਲਾ ਕੁਐਸਚਨ, ਮਾਸੀ ਇਹ ਤਾਂ ਜਵਾਕਾਂ ਦਾ ਹੀ ਕਸੂਰ ਹੈ, ਇਹਨਾਂ ਨੂੰ ਸਮਝ ਤਾਂ ਆਈ ਨਹੀਂ ਮਾਸਟਰ ਨੇ ਕਿਹਾ ਕੀ ਆ, ਇਹ ਆਪਸ 'ਚ ਇੱਕ ਦੂਜੇ ਦੇ ਗੱਲ ਨੂੰ ਹੱਥ ਪਾ ਲਿਆ, ਠੀਕ ਹੈ ਰਜੇ ਹੁਣ ਤੁਸੀਂ ਆਪਣਾ ਕਸੂਰ ਥੋੜਾ ਕੱਢੋਗੇ, ਤੁਸੀਂ ਤਾਂ ਬੱਚਿਆਂ ਦਾ ਹੀ ਕੱਢੋਗੇ ਨਾ, ਨਹੀਂ ਆਂਟੀ ਜੀ ਪ੍ਰੇਸ਼ਨ ਆਉਂਦਾ ਹੈ 70 ਤੋਂ 75 ਵਾਲਾ ਬਨੋਟੀ ਸਾਹ ਵਾਲਾ, ਅੱਛਾ ਪ੍ਰੇਸ਼ਨ ਕਰਵਾਉਂਦੇ ਕਰਵਾਉਂਦੇ ਤੁਸੀਂ ਜਵਾਕਾਂ ਦੇ ਪ੍ਰੇਸ਼ਨ ਤੱਕ ਗੱਲ ਪਹੁੰਚਾਤੀਆਂ, ਇੱਕ ਜਵਾਕ ਦੀ ਸਾਡਾ ਮੰਜੇ ਤੇ ਪਾਤਾ, ਇਹਦੇ ਵਿੱਚ ਪਤਾ ਸਾਡਾ ਕਿੰਨਾ ਦਿਲ ਦੁਖੀ ਹੈ ਜਦੋਂ ਸਾਡਾ ਜਵਾਕ ਮੰਜੇ ਤੇ ਪਿਆ,
ਸਾਡਾ ਵੀ ਦਿਲ ਦੁਖੀ ਹੁੰਦਾ ਜੀ, ਪਹਿਲਾਂ ਸਾਡਾ ਬੱਚਾ ਸੀ ਮੂੰਹ ਸੋਡਾ ਵਾਚ ਹੈ ਜੀ। ਜੇ ਸੋਡਾ ਬੱਚਾ ਹੁੰਦਾ ਨਾ ਤੁਸੀਂ ਇੱਥੇ ਤੱਕ ਗੱਲ ਪਹੁੰਚਾਉਣ ਨਹੀਂ ਦਿੰਦੇ, ਤੇ ਤੁਸੀਂ ਐਸੋ ਤੁਸੀਂ ਤਾਂ ਲੱਤਾਂ ਨਾਲ ਕੁੱਟਦੇ ਹੋ ਇਹਨਾਂ ਨੂੰ, ਪਿਆਰ ਨਾਲ ਵੀ ਬੰਦਾ ਪੜ੍ਹਾ ਸਕਦਾ ਹੁੰਦਾ। ਪਹਿਲਾਂ ਤੋਂ ਭਰਤੀ ਹੋਏ ਹੋਇਆ ਜੀ, ਕੀ ਕਰੀਏ, ਖੂਨ 'ਚ ਹੈ ਇਹ ਏਦਾਂ। ਇਹ ਕੁੱਟਣਾ ਤੁਹਾਡੇ ਖੂਨ 'ਚ ਹੈ? ਨਹੀਂ ਫਿਰ ਸਮਝਦੇ ਨਹੀਂ ਨਾ ਜੀ, ਇਹ ਜਿਹੜੇ ਬੱਚੇ ਨੇਗੇ ਸਮਝਦੇ ਨਹੀਂ ਜੀ। ਸਾਨੂੰ ਤਾਂ ਹਰ ਇੱਕ ਬੰਦਾ ਹੀ ਕਹਿੰਦਾ ਸੀ, ਕਹਿੰਦੇ ਵੀ ਤੁਸੀਂ ਉਹ ਮਾਸਟਰ ਕੋਲ ਨਾ ਟਿਊਸ਼ਨ 'ਤੇ ਲਾਓ ਨਾ ਲਾਓ। ਇਹਦੇ ਡੈਡੀ ਨਹੀਂ ਮੰਨੇ, ਕਹਿੰਦੇ ਚੱਲ ਕੋਈ ਗੱਲ ਨਹੀਂ ਵੀ ਵਧੀਆ ਨੇ, ਉਹਦੇ ਚਾਚੇ ਨਾਲ ਆਪਣੀ ਪੁਰਾਣੀ ਲਿਹਾਜ਼ ਹੈ, ਕੋਈ ਗੱਲ ਨਹੀਂ ਵੀ ਵਧੀਆ ਪੜਾਊਗਾ। ਸਾਨੂੰ ਨਹੀਂ ਪਤਾ ਸੀ ਵੀ ਤੁਸੀਂ ਇਹੋ ਜਿਹੇ ਮਾਸਟਰ ਹੋ। ਸਾਨੂੰ ਕੀ ਪਤਾ ਤੁਸੀਂ ਏਦਾਂ ਖੜਦੇ ਹੋ ਕਿ ਸਾਡੇ ਕੋਲ ਪਖੰਡ ਕਰਦੇ ਹੋ? ਨਹੀਂ ਜੀ ਨਹੀਂ, ਇਹ ਗੱਲ ਨਹੀਂ ਹੋ ਸਕਦੀ ਜੀ, ਮੈਂ ਤਾਂ ਇੱਥੇ ਹੀ ਆ ਜੀ। ਦੇਖੋ ਆਇਓ ਮਾੜਾ ਜਿਹਾ ਇੱਧਰ, ਆਏ ਰੇ ਮਾਸਟਰ ਜੀ। ਪਹਿਲਾਂ ਮਸੀਂ ਤਾਂ ਨਹੀਂ ਕੀਤਾ, ਮਾਰ ਮਾਰ ਮਾਰਤਾ ਤੁਸੀਂ ਨਾਸ, ਥੋੜੇ ਮਾਂ ਮਾਏ ਥੋੜੇ ਚਾਚੇ ਕਰਕੇ ਚੁੱਪ ਕਰ ਗਿਆ, ਥੋੜੇ ਮਾਂ ਮਾਰਨਾ ਚਪੇੜੇ ਥੋੜੇ ਮਤ ਨਾਸ ਕਰ ਦੇਣਾ ਤੇਰਾ ਮੈਂ। ਉਹਨੇ ਕਰਦੇ ਪੰਚਾਇਤ ਨਾਲ ਗੱਲ ਕਰਕੇ ਕਰਵਾਉਣਾ 307 ਦਾ ਪਰਚਾ। ਜਵਾਕਾਂ ਨੂੰ ਲੈ ਲੈ ਕੇ ਟਿਊਸ਼ਨ ਦੇ ਪੈਸੇ ਦੇ ਮਾਰੇ ਜਵਾਕਾਂ ਨੂੰ ਵੱਢੀ ਜਾਂਦੇ ਹੋ। ਟਿਊਸ਼ਨ ਤੇ ਲਾਉਣ ਦੀ ਸਾਨੂੰ ਮਾਸਟਰ ਜੀ ਲੋੜ ਹੀ ਨਹੀਂ, ਨਾਲ ਤਾਂ ਤੁਸੀਂ ਟਿਊਸ਼ਨਾਂ ਦੇ ਪੈਸੇ ਵੱਟਦੇ ਹੋ, ਨਾਲ ਤੁਸੀਂ ਸਰਕਾਰ ਦੇ ਪੈਸੇ ਵੱਟਦੇ ਹੋ। ਸਰਕਾਰ ਦੇ ਪੈਸੇ ਵੱਟਦੇ ਪੁੱਟਣ ਦੀ ਹੁੰਦੀ ਆ ਉੱਥੇ ਮਾਰੀਆਂ ਨੇ ਜਵਾਕਾਂ ਦੇ ਠੇਡੇ ਬੈਠਿਆ ਨੇ ਜਵਾਕਾਂ ਦੇ। ਹੈਂ ਉਹਨੇ ਕਰ ਦੇਣਾ ਸੀ ਗੱਲਾਂ ਨਾਲ ਥੋੜੇ ਚਾਚੇ ਨਾਲ ਮੱਥੇ ਨਾਲ ਕਰਕੇ ਨਾ ਗੱਲ ਕਰਾਉਣਾ, ਤੇਰਾ ਇਲਾਜ ਕਰਾ ਕਰਾਉਣਾ ਤੇਰੇ ਤੇ ਪਰਚਾ ਤੇਰੇ। ਕਹਿੰਦੇ ਤੁਸੀਂ ਦਲਵੀਰ ਮਾਸਟਰ ਕੋਲ ਕਿਉਂ ਲਾਇਆ ਕਿਉਂ ਲਾਇਆ? ਇਹ ਕਹਿਣ ਲੱਗੇ ਜੀ ਡੈਡੀ, ਕਹਿੰਦੇ ਚੱਲ ਕੋਈ ਗੱਲ ਨੀ, ਉਹਦੇ ਚਾਚੇ ਨਾਲ ਆਪਣੀ ਪੁਰਾਣੀ ਲਿਹਾਜ਼ ਹੈ ਜਵਾਕਾਂ ਨੂੰ ਕੁੱਟੇ ਕੋਈ। ਸਾਨੂੰ ਪਤਾ ਤੁਹਾਨੂੰ ਪਤਾ ਸਾਡਾ ਕਿੰਨਾ ਦਿਲ ਦੁਖੀ ਹੈ, ਇੱਕ ਜਵਾਕ ਹੈ ਸਾਡਾ ਮੰਜੇ ਚ ਪਾਰ ਚੀਕੂ ਵੀ ਲਿਆ। ਬਸ ਕੋਈ ਨਾ ਮਾਸੀ ਜੀ, ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦਿਆ, ਕੋਈ ਨਾ ਤੇਰੀ ਲੋੜ ਨਹੀਂ ਕਿਸੇ ਚੀਜ਼ ਦੀ, ਸਾਡੇ ਪਰਮਾਤਮਾ ਦਿੱਤਾ ਹੋਇਆ ਸਭ ਕੁਝ ਹੈਗਾ।
ਆਹ ਦੇਖ ਲੈ ਤੇਰੇ ਪਿੱਛੇ ਮੈਨੂੰ ਕੀ ਕੁਛ ਸੁਣਨਾ ਪੈ ਗਿਆ ਉੱਥੇ ਮੈਂ ਕਿਹੜਾ ਸੁਣਿਆ ਨਹੀਂ ਨਾਲੇ ਤੂੰ ਬੋਲ ਪੈਂਦੀ ਮਾੜਾ ਮੋਟਾ ਉੱਥੇ ਵੀ ਭਈ ਆਏ ਕਦੋਂ ਬੋਲਦੇ ਟੀਚਰ ਆ ਗਵਰਨਮੈਂਟ ਆ ਮੈਂ ਕੀ ਬੋਲਦੀ ਜੇ ਤੂੰ ਮੈਨੂੰ ਬੋਲਣ ਜੋਗੇ ਛੱਡਿਆ ਹੋਵੇ ਤਾਂ ਬੋਲਣਾ ਮੈਂ ਜੇ ਮੇਰੇ ਸਾਲ ਦੀ ਬੋਲਣ ਵਾਲੀ ਹੁੰਦੀ ਤੂੰ ਬੋਲਦੀ ਤੂੰ ਤਾਂ ਬੰਦਾ ਮਰਵਾ ਦੇ ਹੱਥ ਨੂੰ ਅਗਲਿਆਂ ਦਾ ਮੁੰਡਾ ਮਰਨ ਨੂੰ ਪਿਆ ਤੂੰ ਕਹਿੰਦਾ ਮੈਂ ਉੱਥੇ ਬੋਲਦੀ ਤੂੰ ਤਾਂ ਉਹਨਾਂ ਕਣੀ ਦੀ ਹੋ ਕੇ ਖੜ ਗਈ ਮੇਰੇ ਦਾ ਤੂੰ ਪੱਖ ਦੀ ਗੱਲ ਹੀ ਨਹੀਂ ਕਰੀ ਚੁੱਪ ਕਰਕੇ ਡੰਨ ਪੱਟਿਆ ਵਾਂਗੂ ਬਹਿ ਗਈ ਉੱਥੇ ਜੇ ਕੁਝ ਬੋਲਣ ਜੋਗਾ ਹੋਵੇ ਤਾਂ ਹੀ ਆ ਅਗਲੇ ਤਾਂ ਉੱਥੇ ਕੁੱਟਣ ਨੂੰ ਫਿਰਦੇ ਸੀ ਮੈਨੂੰ ਤਾਂ ਐ ਲੱਗਦਾ ਸੀ ਤੈਨੂੰ ਗੱਲ ਤੋਂ ਫੜ ਕੇ ਹੁਣ ਕੁੱਟਣਗੇ ਇੱਥੇ ਢਾ ਕੇ ਤੂੰ ਮੂਰੇ ਹੁੰਦੀ ਤੂੰ ਮੂਰੇ ਹੋ ਕੇ ਕਹਿੰਦੀ ਵੀ ਨਾ ਐ ਨਹੀਂ ਹੁੰਦੀ ਇਹ ਗੱਲ ਐ ਕੇਸ ਹੋ ਜਾਂਦਾ ਫਲਾਣਾ ਹੋ ਜਾਂਦਾ ਸਵਾਹ ਹੋ ਜਾਂਦਾ ਜੱਜ ਦੇ ਕੰਮ ਕਰਿਆ ਕਰੇ ਤਾਂ ਫਿਰ ਕੀ ਕਹਿਣਾ ਬੋਲਦੀ ਐ ਹਰਖਣਾ ਚੜਾ ਮੈਨੂੰ ਪਹਿਲਾਂ ਮੇਰਾ ਬੀਪੀ ਵਧਿਆ ਪਿਆ ਨਾ ਫਿਰ ਮੈਂ ਚੜਾਇਆ ਤੈਨੂੰ ਹਰਖ ਹੈ ਮੈਂ ਵਧਾਇਆ ਬੀਪੀ ਜਾ ਤੂੰ ਮੈਂ ਤੈਨੂੰ ਬਚਾਤਾ ਨਹੀਂ ਉਹਨਾਂ ਨੇ ਲੰਬਾ ਪਾ ਕੇ ਕੁੱਟਣਾ ਸੀ ਉੱਥੇ ਬਚਾਤਾ ਮੈਨੂੰ ਪੱਠਲ ਨੇ ਜਾ ਭੱਜ ਅੰਦਰ ਬਹਿ ਜਾ ਜੇ ਮੈਂ ਨਾ ਜਾਂਦੀ ਤਾਂ ਤੈਨੂੰ ਬਾਗ ਜਾ ਤੋੜ ਦਿੰਦੇ ਤੇਰੀਆਂ ਲੱਗਿਆ ਮਾਸਟਰ ਕੰਮ ਚ ਪੜਾਸੀਆਂ ਵਾਲੇ ਥਾਂ ਥਾਂ ਬੇਇੱਜ਼ਤੀਆਂ ਕਰਾਂਦਾ ਮੇਰੀਆਂ ਆ ਜਾ ਹੁਣ ਮੇਰੇ ਸਾਲੇ ਦਾ ਸਿਆਪਾ ਖੜਾ ਪਾਲਾ ਭਖਿਆ ਪਿਆ ਚਾਚੇ ਲਵੇ ਜਾਂਦੇ ਨਹੀਂ ਕਰ ਕੋਈ ਹੱਲ ਬੁੜਾਣਾ ਜਾਣੀ ਨੀ ਖਾਦੀ ਮੈਂ ਖਰਾਕ ਪੁਰਾਣੀ ਚਾਚਾ ਤੇਰੀ ਜੋਬਣ ਭਰੀ ਜਵਾਨੀ ਹੱਥਾਂ ਤੇ ਟਾ ਆ ਜਾ ਦਲਵੀਰ ਆ ਜਾ ਅੜ ਜਾ ਮੇਰੇ ਸਾਲੇ ਦੀ ਕਿਵੇਂ ਟੇਟਣੇ ਮਾਰਦੀ ਹੈ ਚਾਚਾ ਮੇਰਾ ਵੀ ਫਾਹਾ ਵੱਡੀ ਲੈ ਚਾਚਾ ਹਾਂ ਕੰਮ ਤਾਂ ਯਾਰ ਹੋਰ ਹੋ ਗਿਆ ਹਾਲਾ ਜਿੰਨੇ ਖਾਧੇ ਜਾਂਦੇ ਨੇ ਕੀ ਹੋ ਗਿਆ ਕੰਮ ਤਾਂ ਹੋਰ ਹੋ ਗਿਆ ਕੀ ਹੋ ਗਿਆ ਉਹ ਮੈਨੂੰ ਤਾਂ ਡਰ ਬਾਹਲਾ ਲੱਗੀ ਜਾਂਦਾ ਮੈਂ ਤਾਂ ਚੈੱਕ ਕਰਾ ਕੇ ਆਇਆ ਨਾਲੇ ਹੁਣ ਆਉਂਦਾ ਆਉਂਦਾ ਡਾਕਟਰ ਤੋਂ ਬੀਪੀ ਲੋ ਹੋ ਰਿਹਾ ਮੇਰਾ ਤਾਂ ਦੇਖੀ ਪਤੰਦਰਾ ਹੋਈ ਨਾ ਕੋਈ ਰੋਗ ਲਾ ਕੇ ਬਹਿ ਜੀ ਭੈਣ ਦਿਆਰ ਦੀ ਧੜਕਣ ਜੀ ਵਧਣ ਲੱਗ ਜਾਂਦੀ ਆ ਬੀਪੀ ਘੱਟ ਜਾਂਦਾ ਜਦੋਂ ਅਸੀਂ ਗਏ ਸੀਗੇ ਉਹਨਾਂ ਦੇ ਘਰੇ ਸਿੰਮੂ ਕੇ ਭੋਲੇ ਕੋਲ ਭੋਲੇ ਕੇ ਉਹ ਸਾਡੇ ਮਗਰ ਪੈ ਗਏ ਚਾਚਾ ਭੋਲਾ ਹੋਰ ਉਹ ਕਹਿੰਦਾ ਮੈਂ ਤਾਂ ਤੇਰਾ ਕਹਿੰਦਾ ਥਾਣੇ ਚ ਨਾ ਧਰੂੰ ਮੇਰੀ ਸਰਕਾਰੀ ਨੌਕਰੀ ਆ ਗੌਰਮੈਂਟ ਮੇਰੀ ਸਰਕਾਰੀ ਨੌਕਰੀ ਰੁਲਜੂ ਚਾਚਾ ਤੂੰ ਉਹਨੂੰ ਕਹਿ ਕਹਾ ਉਹ ਕਹਿੰਦਾ ਸਾਡੀ ਉਹਦੇ ਨਾਲ ਵਧੀਆ ਬਣਦੀ ਐ ਕਿਵੇਂ ਧਰੂ ਨੋ ਪਈ ਹੋ ਮੈਂ ਕਰਕੇ ਆ ਗੱਲ ਜਾ ਕੇ ਆਪ ਤੂੰ ਸਾਡਾ ਹੋਰੇ ਪਸੂੜੀ ਤਾਂ ਨੀ ਪਾਤੀ ਉਹਨੂੰ ਕੀ ਕਹਿ ਕੇ ਆਇਆ ਤੂੰ ਮੈਂ ਤਾਂ ਕੁਛ ਨੀ ਮੈਂ ਤਾਂ ਪਤਾ ਲੈਣ ਗਿਆ ਸੀਗਾ ਹਾਂ ਮੈਂ ਤਾਂ ਸਗੋਂ 10 ਰੁਪਈਏ ਵੀ ਦੇ ਕੇ ਆਇਆ ਸੀਗਾ ਵੀ ਚੀਕੂ ਲੈ ਲਿਓ ਹਟ ਜਾ ਮੇਰੇ ਸਾਲ ਦੀ ਖਾਂਦੀ ਪੀਂਦੀ ਟੇਟਣੇ ਮਰੀ ਜਾਂਦੀ ਹੈ ਓਏ ਚਾਚਾ ਤੂੰ ਉਹਦੀ ਸਾਡੇ ਯਾਰ ਕੋਈ ਨਾ ਤੂੰ ਮੇਰੇ ਬਾਰੇ ਸੋਚੋ ਕੰਜਰ ਦਾ ਮਾੜੀ ਮੋਟੀ ਸ਼ਰਮ ਕਰ ਲਿਆ ਕਰ ਕੋਈ ਫਲ ਫਰੂਟ ਲੈ ਜਾਂਦਾ ਦੇ ਗਾਣ ਦੀ 100-150 ਦੇ ਆਉਂਦਾ 10 ਰੁਪਈਏ ਕੌਣ ਦਿੰਦਾ ਬਈ ਉਹ ਵੇਲੇ ਗਏ ਜੋ ਸਾਗਣਾ 'ਚ 10-10 ਰੁਪਈਏ ਪਾ ਦਿੰਦੇ ਤੇ ਉਹ ਤਾਂ ਚੱਲ ਚਾਚਾ ਪੈਸੇ ਤਾਂ ਮੇਰਾ ਤਾਂ ਤੈਂ ਕੋਈ ਮਾੜੀ ਉੱਚੀ ਨੀਵੀਂ ਗੱਲ ਨਹੀਂ ਕਹਿੰਦੀ ਹਾਂ ਚਾਚਾ ਉਹ ਤਾਂ ਉਈ ਘਾਬਰ ਗਿਆ ਉਹ ਹੈਪਰ ਤੇਰਾ ਮੂੰਹ ਦੇਖ ਕੇ ਮੈਨੂੰ ਲੱਗਦਾ ਉਹ ਪਤਾ ਨਹੀਂ ਉਹਨੂੰ ਭੜਕ ਗਿਆ ਹੈਪਰ ਹੋ ਗਿਆ ਚਾਚਾ ਹੈਪਰ ਹੋ ਭੜਕ ਗਿਆ ਉਹ ਚਾਚਾ ਤੂੰ ਕਹਿ ਉਹਨਾਂ ਨੂੰ ਫਿਰ ਕੋਈ ਨਾ ਆਪਾਂ ਹੁਣ ਚੱਲ ਓਹੋ ਤੂੰ ਨਾ ਨਾਲ ਜਾ ਤੇਰਾ ਮੂੰਹ ਦੇਖ ਕੇ ਫੇਰ ਭੜਕ ਜੂ ਉਹ ਇੱਕ ਤੇਰਾ ਮੂੰਹ ਹੀ ਇਹੋ ਜਿਹਾ ਕੋਈ 14 ਬੰਦਾ ਦੇਖ ਕੇ ਉਵੇਂ ਘਬਰਾ ਜਾਂਦਾ ਐਂ ਤਾਂ ਚਾਚਾ ਮੈਨੂੰ ਤਾਂ ਐ ਨਹੀਂ ਕਰਦੇ ਹੁੰਦੇ ਮਤਲਬ ਮੈਂ ਆਪੇ ਗੱਲ ਕਰੂੰ ਭੋਲੇ ਨਾਲ ਠੀਕ ਹੈ ਗੱਲ ਬਣ ਪੱਤਨ ਲਾਉਂਦਾ ਤੁਹਾਡਾ ਰਾਜ਼ੀਨਾਮਾ ਕਰਾ ਦਾਂਗੇ ਆਪਾਂ ਗੱਲ ਨਿਬੇੜ ਦਾਂਗੇ ਲੈ ਦੇ ਕੇ ਚਾਚਾ ਜਦੋਂ ਮੈਂ ਨਰਵਸ ਹੋ ਜਾਣਾ ਦੇਖ ਲਾ ਮੈਂ ਪਹਿਲਾਂ ਕੰਨਾ ਐਕਟਿਵ ਸੀਗਾ ਹੁਣ ਤਾਂ ਮੈਂ ਜਮੀ ਨਰਵਸ ਹੋ ਰਿਹਾ ਚਾਚਾ ਕਮਜ਼ੋਰਾ ਹੋ ਰਿਹਾ ਹਨਾ ਤੂੰ ਆਇਆ ਕਰ ਮਤਲਬ ਮੇਰੀ ਸੁਣ ਗੱਲ ਗੋਲਾ ਕਬੂਤਰ ਖਾਇਆ ਕਰ ਤੂੰ ਹੋ ਗੋਲਾ ਕਬੂਤਰ ਹਾਂ ਜਦੋਂ ਤੇਰੇ ਵਾਲਾ ਬਾਪੂ ਦੀ ਹੈ ਨਾ ਮੈਂ ਤੇ ਤੇਰੇ ਵਾਲਾ ਬਾਪੂ ਖੇਤ ਦੂਜੇ ਦਿਨ ਚਾੜ ਲਾਂ ਇਹਦੇ ਗੋਲਾ ਕਬੂਤਰ ਆਪਾਂ ਦੋਨੇ ਖਾਵਾਂਗੇ ਤੂੰ ਪਹਿਲਾਂ ਉਹ ਤੋਂ ਮਾੜਾ ਜਾ ਮੈਂ ਕਰ ਲਾਂਗਾ ਗੱਲ ਟੈਨਸ਼ਨ ਪੈ ਜਾ ਕੋਈ ਨਾ ਮੈਨੂੰ ਟੈਨਸ਼ਨ ਹੋਈ ਪਈ ਆ ਉਹ ਮੈਂ ਹੈਗਾ ਮੱਲਾ ਕਿਉਂ ਫਿਕਰ ਕਰਦਾ ਤੂੰ ਨਾਲੇ ਮੇਰੀ ਗੱਲ ਸੁਣ ਆਪਾਂ ਇਹਨਾਂ ਦੇ ਯਾਰ ਦੀ ਮੈਂ ਇਸ ਜੀ ਦਾ ਕਰਵਾ ਦੇ ਕਢਵਾ ਦੇ ਕਿਧਰੇ ਇਹ ਮੈਂ ਕੋਈ ਨਾ ਕਹਿ ਦੂੰ ਇਹ ਮੈਂ ਕੁਲਦੀਪ ਕਿਆਂ ਨੂੰ ਕਹਿ ਦੂੰ ਉਹ ਲੈਂਦੇ ਨੇ ਮੈਸਾਂ ਅੱਛਾ ਹਾਂ ਪੂਰਾ ਵਧੀਆ ਰੇਟ ਲਾ ਜਾਣਗੇ ਮਦਾ ਇੱਥੇ ਬੈਠਾ ਰਹਿਣਾ ਸਾਰਾ ਦਿਨ ਦੇ ਸਰਾਣੇ ਪਈ ਨਾ ਕੋਈ ਨਾ ਮੈਂ ਬਕਿਆ ਦੂੰ ਨਹੀਂ ਬਿੱਟੂ ਨੂੰ ਕਹਿ ਦੂੰ ਨਹੀਂ ਕੁਲਦੀਪ ਨੂੰ ਪੂਰੀਆਂ ਵਧੀਆ ਮੈਸਾਂ ਖਰੀਦਦੇ ਨੇ ਉਹ ਚੋਟੀ ਦੀਆਂ ਅੱਛਾ ਤੈਨੂੰ ਲੈ ਮੰਡੀ ਤੇ 1 ਨੰਬਰ ਦਾ ਕੰਮ ਉਹਨਾਂ ਦਾ ਸੂਆ ਹੋ ਗਿਆ ਖਰਾਬ ਮੇਰੇ ਸਾਡੇ ਦਾ 1 ਡੰਗ ਪਈ ਗਈ ਨਾ ਕੋਈ ਨਾ ਮੁੰਡਾ ਨੂੰ ਕਹੂੰ ਬਣਾ ਪਾੜੇ ਤੋਂ ਦਿੰਦੀ ਬਹੁਤ ਵਧੀਆ ਰੇਟ ਲਾਉਂਦੇ ਨੇ ਹਾਈ ਫਾਈ ਉਹ ਬੰਦੇ ਨੇ ਵਧੀਆ ਕੁਲਦੀਪ ਹੋਰੇ ਵਧੀਆ ਬੰਦੇ ਤਰਾ ਕਰ ਦੂੰ ਮਾਨ ਤਾਂ ਹੈ
ਨਾਲੇ ਭੋਲੇ ਦੀ ਫਿਕਰ ਨਾ ਕਰੀ ਤੂੰ ਯਾਰ ਆਉਂਦਾ ਮੇਰਾ ਜੂੰਡੀ ਦਾ ਹਾਂ ਨਾ ਨਾ ਭੋਲੇ ਦੀ ਫਿਕਰ ਨਾ ਕਰੀ ਦਾ ਇਕੱਠੇ ਬਥੇਰਾ ਕੁਛ ਕਰਿਆ ਮੇਰੀ ਗੱਲ ਨੀ ਮੋੜਦਾ ਉਹ ਆ ਮੈਥੋਂ ਤਾਂ ਆ ਬਸ ਤੂੰ ਲੱਛਣ ਜੇ ਛੱਡ ਦੇ ਤੈਨੂੰ ਦੱਸਾਂ ਮੈਂ ਹੈ ਆ ਲੱਛਣ ਜੇ ਛੱਡ ਦੇ ਤੂੰ ਗੋਲਾ ਖਾਇਆ ਕਰਨ ਵਾਲੇ ਗੋਲਾ ਕਬੂਤਰ ਹਾਂ ਆ ਠੀਕ ਹੋ ਜੂ ਤੇਰਾ ਕੁੱਬਜਾ ਇਹਦਾ ਟੈਨਸ਼ਨ ਨਾਲ ਹੀ ਆ ਕੋਈ ਨਾ ਟੈਨਸ਼ਨਾਂ ਟੁੰਸ਼ਨਾਂ ਹੀ ਆ ਕਿਧਰੇ ਜਾਣਗੀਆਂ ਆ ਹੋਰੇ ਪੰਗੇ ਪਾਈ ਰੱਖਦਾ ਇਹ ਵੀ ਹਟ ਜਾ ਤੂੰ ਹੜਦੀ ਨੀ ਹੁਣ ਤਾਂ ਨੀ ਯਾਰ ਉਹਨੇ ਕਰਨਾ ਥਾਣੇ 'ਚ ਜਾਵਾਂਗੇ ਕਹਿੰਦੇ ਥਾਣੇ 'ਚ ਕੀ ਕਰੋਗੇ ਤੁਸੀਂ ਜਾ ਕੇ ਬੜੇ ਮਾਨਸੋ ਸੁਣਦੀ ਆ ਹਾਂ ਪਾਣੀ ਦਾ ਗਲਾਸ ਲਿਆ ਕੇ ਦੇ ਮੈਨੂੰ ਆਈ ਇਹ ਵੀ ਨਹੀਂ ਬੋਲੀ ਉੱਥੇ ਵੀ ਮਾੜਾ ਮੋਟਾ ਬੰਦਾ ਬੋਲ ਪਏ ਅਗਲਾ ਟਹਿਲਾ ਪੈ ਜਾਂਦਾ ਕੀ ਹੋ ਗਿਆ ਟੈਨਸ਼ਨ ਹੋ ਰਹੀ ਆ ਉਹ ਕਹਿੰਦੇ ਥਾਣੇ 'ਚ ਨੌ ਧਰਾਂਗੇ ਮੇਰੀ ਤਾਂ ਨੌਕਰੀ ਵਗ ਜੂ ਉਹ ਤਾਂ ਹੁਣ ਜਾਊਗੀ ਮੈਂ ਕੀ ਕਰਾਂ ਤੇਰਾ ਇਨੋ ਦੀ ਪੁੜੀ ਜੀ ਲੈਣਾਗਾ ਢਿੱਡ 'ਚ ਦਰਦ ਹੋਣ ਲੱਗਾ ਟੈਨਸ਼ਨ ਕਰਕੇ ਮੈਂ ਤਾਂ ਫਸ ਗਈ ਤੇਰੇ ਨਾਲ ਵਿਆਹ ਕਰਾਂ ਫਸ ਤਾਂ ਮੈਂ ਗਿਆ ਤੂੰ ਬੋਲ ਪੈਂਦੀ ਮਾੜਾ ਮੋਟਾ ਨਾ ਮੈਂ ਉੱਥੇ ਕੀ ਬੋਲਦੀ ਦੱਸ ਮੈਨੂੰ ਤੂੰ ਕਹਿ ਦਿੰਦੀ ਵੀ ਆਏ ਕਿਵੇਂ ਸਰਕਾਰੀ ਟੀਚਰ ਤੁਸੀਂ ਆਏ ਕਾਹਨੂੰ ਬੋਲਦੇ ਹੋ ਜੀ ਲਾਊਡਲੀ ਕਿਉਂ ਬੋਲਦੇ ਹੋ ਜੇ ਤੂੰ ਬੋਲਦੀ ਮਾੜਾ ਮੋਟਾ ਦੱਬ ਜਾਂਦਾ ਵੀ ਅਗਲੇ ਦੀ ਤੀਵੀਂ ਨਾਲ ਹੈ ਤੂੰ ਤਾਂ ਚੁੱਪ ਕਰਕੇ ਬਹਿ ਗਈ ਮੇਰੇ ਸ਼ਾਇਦ ਤੂੰ ਤਾਂ ਹੱਥ ਨੂੰ ਮਰਵਾ ਦੇ ਮੈਨੂੰ ਮੇਰਾ ਕੀ ਕਸੂਰ ਹੈ ਦੱਸ ਹੁਣ ਜਿਹੜੀਆਂ ਕਰੀਆਂ ਭੁਗਤਣੀਆਂ ਤਾਂ ਪੈਣੀਆਂ ਹੀ ਆ ਮੈਂ ਤਾਂ ਆਪ ਫਸ ਗਈ ਤੇਰੇ ਨਾਲ ਵਿਆਹ ਕਰਾ ਕੇ ਜੇ ਤੂੰ ਮਾੜਾ ਮੋਟਾ ਬੋਲ ਪੈ ਜੀ ਤੈਨੂੰ ਕੀ ਹੁੰਦਾ ਸੀ ਤੂੰ ਤਾਂ ਮੇਰੀ ਥਾਂ ਥਾਂ ਬੇਇੱਜ਼ਤੀ ਕਰਾ ਰੱਖੀ ਹੈ ਕੀ ਕਰਾਤੀ ਤੇਰੀ ਬੇਇੱਜ਼ਤੀ ਮੈਂ ਕਸਰ ਕਿਹੜੀ ਛੱਡੀ ਹੋਈ ਆ ਮੈਂ ਪੇਕਿਆਂ ਦੇ ਲੈ ਗਈ ਵਿਆਹ ਤੇ ਉੱਥੇ ਬੇਇੱਜ਼ਤੀ ਕਰਾਈ ਹੈ ਸਾਰੇ ਰਿਸ਼ਤੇਦਾਰ ਤਾਂ ਡੀਜੇ ਤੇ ਭੰਗੜਾ ਪਾਉਣ ਲੱਗੇ ਹੋਏ ਗਾਣਿਆਂ ਤੇ ਆਪ ਕਹਿੰਦਾ ਡੀਜੇ ਵਾਲੇ ਨੂੰ ਬੰਦ ਕਰੋ ਪ੍ਰੇਅਰ ਕਰਨ ਲੱਗਿਆ ਮਾਸਟਰ ਸਾਹਿਬ ਉੱਥੇ ਸਾਰੇ ਮੇਰੇ ਰਿਸ਼ਤੇਦਾਰਾਂ ਨੂੰ ਲਾਈਨ 'ਚ ਖੜਾ ਕਰਤਾ ਕਹਿੰਦਾ ਕਰੋ ਜੀ ਸਾਵਧਾਨ ਕਰੋ ਜੀ ਵਿਸ਼ਰਾਮ ਕਰੋ ਜੀ ਸਾਵਧਾਨ ਕਰੋ ਜੀ ਵਿਸ਼ਰਾਮ ਕਰਾ ਕਰਾ ਕੇ ਸਾਰੇ ਰਿਸ਼ਤੇਦਾਰ ਦੀਆਂ ਬੱਖੀਆਂ ਤਾਂ ਚਾੜਤੀਆਂ ਮਾੜੀ ਮੋਟੀ ਵੀ ਸ਼ਰਮ ਨਹੀਂ ਤੈਨੂੰ ਉਹ ਤਾਂ ਸ਼ੁਕਰ ਕਰ ਬਚ ਗਿਆ ਤੂੰ ਉੱਥੇ ਨਹੀਂ ਤਾਂ ਤੈਨੂੰ ਮੁੱਦਾਂ ਪਾ ਪਾ ਕੇ ਕੁੱਟਦੇ ਅਗਲੇ ਫਿਰ ਵੀ ਕਹਿੰਦੇ ਚੱਲ ਪਰਾਉਣਾ ਹੈਗੀ ਹਰਖ ਜਾਣਾ ਚੜਾ ਚੀ ਚੜੀ ਪਈ ਆ ਮੈਨੂੰ ਕਿ ਤੋਪ ਬੀੜਤੀ ਮੇਰੇ ਸਾਲਿਆਂ ਤੇ ਮੈਂ ਕਸਰਤੀ ਕਰਾਈ ਆ ਚੱਲ ਉਹ ਤਾਂ ਕਸਰਤੀ ਕਰਾਈ ਆ ਜਿਹੜਾ ਚਾਚੇ ਦੀ ਕੁੜੀ ਨਾਲ ਕਰਿਆ ਉਹ ਕੀ ਕਰਿਆ ਕੰਮ ਚਾਚੇ ਦੀ ਕੁੜੀ ਨਾਲ ਬੇ ਉਹਨੂੰ ਮਿਰਗੀ ਦਾ ਦੌਰਾ ਪੈ ਗਿਆ ਆਪ ਕਹਿੰਦਾ ਪਿੱਛੇ ਹੋ ਜਾਓ ਮੈਂ ਮੁੱਢਲੀ ਸਹਾਇਤਾ ਦਿੰਦਾ ਇਹੋ ਜਿਹੀ ਮੁੱਢਲੀ ਸਹਾਇਤਾ ਦਿੱਤੀ ਆ ਵਿਚਾਰੀ ਦਾ ਤਲਾਕ ਕਰਾ ਕੇ ਰੱਖਦਾ ਤੈਨੂੰ ਪਤਾ ਦੋ ਜਵਾਕ ਨੇ ਉਹਦੇ ਕਿੱਦਾਂ ਪਾਲਦੀ ਆ ਆ ਤੇਰੇ ਕਰਕੇ ਬਾਹਰ 'ਚ ਬੈਠੀ ਆ ਵਿਚਾਰੀ ਤੂੰ ਵਗ ਜਾ ਇੱਥੋਂ ਵਗ ਜਾ ਮੈਂ ਤੋਂ ਹਰਖ ਨਾ ਜਿਹੜਾ ਸਾਉਣ ਲੱਗੇ ਮੈਂ ਬਹੁਤ ਹੈਪਰ ਹੋਇਆ ਪਿਆ ਆ ਹੁਣ ਜਵਾਕਾਂ ਦਾ ਪੱਠਾ ਬਿਠਾਊਗਾ ਫਿਰ ਕਹਿੰਦੇ ਨੇ ਮਾਰਦਾ ਲੇਡੀਜ ਦੇ ਸਾਲੇ ਦਾ ਇੱਕ ਬੀਬੀ ਵਧਿਆ ਵੀ ਅਗਲੇ ਥਾਣੇ 'ਚ ਨਾ ਉਹਨਾਂ ਧਰ ਦੇ ਕੇ ਨਹੀਂ ਹਟਦੀ ਪੇਕੇ ਪੇਕੇ ਭੈਣ ਦਾ ਇਹੀ ਬਣਾ ਰੱਖੇ ਨੇ ਪੇਕੇ ਪਤਾ ਨਹੀਂ ਕੀ ਨੇ ਓਲੇ ਹਾਂ ਬਚਾਰਿਆ ਕਿਵੇਂ ਆ ਠੀਕ ਆ ਫੈਟਾ ਕੰਮ ਬਹਿ ਜਾਓ ਬੈਠਾ ਬੈਠਾ ਕਹੋ ਓਏ ਕਿਵੇਂ ਅੰਦਰਾ ਗਲ ਜਾ ਹੈ ਠੀਕ ਆ ਹੁਣ ਖਾਣ ਪੀਣ ਨੂੰ ਮਿਲੀ ਜਾਂਦਾ ਵਧੀਆ ਕੇ ਨਾ ਹੋਏ ਹੈ ਲਵਾ ਦੇ ਤਾਂ ਭੋਲੇ ਘੁੱਟ ਕੇ ਨੂੰ ਕਿਹਾ ਤੀ ਮੈਂ ਤਾਂ ਹੈ ਕਿਹਾ ਤੀ ਉਹ ਇੰਨੀ ਕੁ ਲਵਾ ਜਵਾਕ ਜੇ ਕਾਹਨੂੰ ਲਾਉਂਦੇ ਨੇ ਹੈ ਲਾਉਂਦੇ ਨਹੀਂ ਜਵਾਕ ਜੇ ਹਾਂ ਜੇ ਖਾਣ ਪੀਣ ਕੁਛ ਤਾਂ ਛੇਤੀ ਨਾਲ ਠੀਕ ਹੋ ਜੂਗਾ ਹੋ ਜੂਗਾ ਸੈੱਟ ਹੋ ਜੂਗਾ ਅੱਛਾ ਭੋਲਿਆ ਮੈਂ ਸੁਣਿਆ ਤੀ ਸਾਡੇ ਜਿਹੜਾ ਦਲਵੀਰ ਆ ਕੇ ਗਿਆ ਉਰੇ ਆਇਆ ਤੀ ਹੈ ਦੋਨੇ ਜੀ ਆਏ ਤੇ ਕੀ ਤਾਂ ਇਹ ਕੀ ਕਿਹਾ ਮੈਂ ਇਹ ਤਾਂ ਕਿਹਾ ਜੀ ਮੈਂ ਤਾਂ ਫਸਾਉਂ ਤੈਨੂੰ ਮੇਰੀ ਗੱਲ ਸੁਣ ਇੱਧਰ ਸੁਣ ਥੋੜਾ ਜਿਹਾ ਲਵੇ ਜਦੋਂ ਦੀ ਇਹਦੀ ਨੌਕਰੀ ਜੀ ਲੱਗੀ ਹੈ ਤਾਂ ਮੇਰਾ ਸਾਲਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਸਮਝੇ 60,000 ਮਿਲਦਾ ਮਹੀਨੇ ਦਾ ਹਾਂ ਹੈ
ਰੋਟੀ ਸਸਪੈਂਡ ਹੋ ਜੂ ਬੰਦੇ ਤੂੰ ਕਿਉਂ ਨਹੀਂ ਦਿੰਦਾ ਅੱਛਾ ਇੰਨੀ ਤੇਰੀ ਚੱਲਦੀ ਹੈ ਤੂੰ ਕਿਉਂ ਨਹੀਂ ਦਿੰਦਾ ਦੇ ਬਥੇਰੀ ਆ ਹਾਂ ਚੱਲ ਦੇ ਦੀ ਫਿਰ ਪਰਚਾ ਪਕੜਾ ਦੀ ਹੋਰ ਮੇਰਾ ਨਾਮ ਆਵੇ ਆਓ ਤੇਰਾ ਨਾਮ ਤਾਂ ਕਾਣੂ ਮੈਂ ਤਾਂ ਕਹਿ ਕੇ ਬਹੁਤ ਤੁਰੇ ਡਰਾਮਾ ਬਥੇਰਾ ਦਿੱਤਾ ਵਧੀਆ ਰਿਹਾ ਪੈਰੀ ਹੱਥ ਲਾਉਂਦਾ ਦੀ ਬੁਰੇ ਹੀਲਿੰਗ ਡਰਾਮੇ ਕਰਦਾ ਮਰਾ ਸਲਾ ਪਤਾ ਹੀ ਆ ਤੈਨੂੰ ਉਹਨਾਂ ਜਵਾਨ ਦਾ ਨਾਸ ਮਾਰ ਕੇ ਧਰਤਾ ਯਾਰ ਹੈ ਨਾਸ ਮਾਰ ਕੇ ਧਰਤਾ ਜਵਾਨ ਦਾ ਕੈਸਾ ਬੁਰਸੇ ਵਰਗਾ ਮੁੰਡਾ ਦੀ ਆਪ ਹੈ ਮੰਜੇ ਦੇ ਹੋਰ ਦੁੱਖ ਦਾ ਪੁੱਤ ਗਲ ਹੋਏ ਹੈ ਦੇਖ ਲੈ ਪਤਾ ਨੀ ਕੀ ਕਰਿਆ ਗੱਲ ਘੋਟੇ ਪਤਾ ਨੀ ਕੀ ਕਰਿਆ ਉਹਦਾ 307 ਦਾ ਪਰਚਾ ਹੁੰਦਾ ਜਾਇ ਜਾਂਦੀ ਕਰਾ ਤੂੰ ਕਿਉਂ ਨੀ ਕਰਾ ਸਾਰੇ ਤੈਨੂੰ ਪਰਚੇ ਪਤਾ ਨੇ ਕਾਨੂੰਨ ਸਾਰੇ ਤੂੰ ਜਾਣਦਾ ਲੈ ਫਿਰ ਚੰਗਾ ਫਿਰ ਫਿਰ ਹੁਣ ਨੀ ਫਿਰ ਹਾਂ ਮੈਂ ਤਾਂ ਹੀ ਆ ਇਹਦੇ ਪਰਚਾ ਬਸ ਵੀ ਮੇਰਾ ਨਾਮ ਆਵੇ ਹੈ ਚੰਗਾ ਫਿਰ ਇਹਨੇ ਕਰਾ ਗਈ ਹੁਣ ਨੀ ਮੈਂ ਛੱਡਦਾ ਫਿਰ ਹਾਂ ਚੱਲ ਠੀਕ ਆ ਫਿਰ ਚਲੋ ਕੋਈ ਨਾ ਹੈ ਚੱਲ ਚਾਹ ਪਾਣੀ ਫੇਰ ਪੀ ਲਾਂਗੇ ਚਾਹ ਬਣਾ ਲੈਨੇ ਆ ਕੋਈ ਨਾ ਹੱਥੜੇ ਦੇਖਦੇ ਆਵਾਂਗੇ ਆ ਜੀ ਹੱਥੜੇ ਨਹੀਂ ਆਪਾਂ ਹੀ ਨਹੀਂ ਬੋਤਲ ਬੋਤਲ ਜੀ ਕੋਈ ਨਾ ਆ ਜੀ ਹੈ 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 ਆ ਜੀ ਹੱਥੜੇ ਸ਼ਾਮ ਨੂੰ ਹਾਂ ਇਹ ਵੀ ਦਵਾ ਲੈ ਤੋੜਾ ਪਰ ਮੰਗਾ ਲਾਂਗੇ ਹੋਰ ਚੰਗਾ ਚੰਗਾ ਚੱਲ ਚੰਗਾ ਬਾਈ ਗੌਰ ਚ ਰੱਖੀ ਕੰਮ ਠੀਕ ਆ ਠੀਕ ਆ ਕੋਈ ਨਾ ਪੱਲਾ ਹੋ ਜਾਏਗਾ ਤਕੜਾ ਹੋ ਜਾਏਗਾ ਕੋਈ ਨਾ ਹਾਂ ਚੰਗਾ ਚੰਗਾ ਬਾਈ ਮੈਂ ਕਰਦਾ ਸਾਰਾ ਸੌਦਾ ਮੁੱਕਿਆ ਪਿਆ ਸਾਰਾ ਦਿਨ ਸਾਈਕਲ ਦੇ ਪਿੱਛੇ ਹੀ ਲੱਗਿਆ ਰਹੂਗਾ ਮਾੜਾ ਮੋਟਾ ਸੌਦਾ ਲਿਆ ਜਾ ਕੇ ਤੇ ਕਿਆ ਨਹੀਂ ਆਂਦਾ ਤੇ ਕਿਆ ਮਾ ਘਰ ਦਾ ਸਾਰਾ ਕੰਮ ਪਿਆ ਕੋਈ ਕਰਾ ਦਿਆ ਕਰ ਨਾਲ ਮੈਂ ਤਾਂ ਹੁੰਦਾ ਨਹੀਂ ਬਈ ਆਪਦਾ ਕਰ ਲਿਆ ਕਰ ਕਿਉਂ ਰੋਟੀ ਖਾਣੀ ਆਉਂਦੀ ਆ ਹੁੰਦਾ ਨਹੀਂ ਤੂਗਾ ਕੁੱਪੀ ਜੀ ਬੈਠ ਜੂਗਾ ਸਾਈਕਲ ਕੋਲ ਚੁੱਪ ਕਰਦਾ ਬਾਬਾ ਕੀ ਬੁੱਲੀ ਜਾਂਦਾ ਜਗਤਾਂ ਨੂੰ ਸੂਚਿਤ ਕਰਿਆ ਜਾਂਦਾ ਵੀ ਭਾਈ ਜਿਹੜੇ ਜਿਹੜੇ ਦਲਬੀਰ ਮਾਸਟਰ ਕੋਲ ਆਪਦੇ ਜਵਾਕ ਨੂੰ ਭੇਜਦੇ ਨੇ ਟਿਊਸ਼ਨ ਪੜ੍ਹਨ ਵਾਸਤੇ ਨਾ ਭੇਜੋ ਆਪਦੇ ਜਵਾਕਾਂ ਨੂੰ ਘਰੇ ਰੱਖੋ ਭਾਈ ਠੀਕ ਹੈ ਜੇ ਕੱਲ੍ਹ ਨੂੰ ਕੋਈ 19 ਗੱਲ ਹੋ ਗਈ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਇਹ 'ਚ ਪਿੰਡ ਦੀ ਪੰਚਾਇਤ ਦਾ ਭਾਈ ਕੋਈ ਲਾਗਾ ਦੇਗਾ ਨਹੀਂ ਠੀਕ ਹੈ ਦਲਬੀਰ ਮਾਸਟਰ ਨੂੰ ਭਾਈ ਕੁਛ ਨਹੀਂ ਆਉਂਦਾ ਫਰਮੈਸੀ ਲੱਗਿਆ ਹੋਇਆ ਜੇ ਜਵਾਕ ਟਿਊਸ਼ਨ ਪੜ੍ਹਾਉਣੇ ਨੇ ਕੁਲਵੀਰ ਮੈਡਮ ਕੋਲ ਭੇਜ ਦਿਓ ਕੁਲਵੀਰ ਮੈਡਮ ਭਾਈ ਵਧੀਆ ਪੜ੍ਹਾਉਂਦੀ ਹੈ ਪੈਸੇ ਘੱਟ ਲੈਂਦੀ ਹੈ ਠੀਕ ਆ ਭਾਈ ਵਾਹਿਗੁਰੂ ਕਿਵੇਂ ਨਹੀਂ ਲਾਉਂਦੇ ਜਵਾਕ ਐਂ ਤਾਂ ਭਵਿੱਖ ਖਰਾਬ ਹੋ ਜੂ ਉਹਨਾਂ ਦਾ ਵਧੀਆ ਹੋਇਆ ਤੂੰ ਇਹੋ ਜਿਹੇ ਕਰਤੂਤ ਦਾ ਹੀ ਮਾਲਕ ਸੀ ਜਿਹੜੇ ਤੇਰੇ ਲੱਛਣ ਹੈ ਨਾ ਆਹੀ ਕੁਛ ਹੋਣਾ ਸੀ ਤੇਰੇ ਨਾਲ ਮੈਨੂੰ ਹਰਖ ਨਾ ਜਿਹੜਾ ਮੇਰਾ ਹੁਣ ਟਿੱਕੇ ਬੈਠੇ ਨਾ ਮੇਰਾ ਕੀ ਵਧਿਆ ਪਿਆ ਮੇਰਾ ਜਪਾ ਚੰਦਰ ਨਾ ਮੇਰਾ ਕੀ ਕਸੂਰ ਆ ਹੈ ਘੱਟ ਤਾਂ ਆਪ ਨਹੀਂ ਹੈਗਾ ਦੇਖੀ ਹੁਣ ਕਿਹੜਾ ਲਾਂਦਾ ਪਿੰਡ 'ਚ ਤੇਰੇ ਕੋਲ ਜਵਾਕ ਨੂੰ ਆਹ ਤੇਲ ਦੀ ਕੁੱਪੀ ਲੈ ਜਾ ਮੈਂ ਜਾ ਕੇ ਆਉਣਾ ਲਵੇ ਐਂ ਤਾਂ ਜਵਾਕਾਂ ਦਾ ਭਵਿੱਖ ਖਰਾਬ ਹੋ ਜੂ ਕੋਈ ਨਹੀਂ ਲਾਂਦਾ ਹੁਣ ਤੇਰੇ ਕੋਲ ਮਿੰਟੂ ਕੇ ਜਾ ਕੇ ਆਉਣਾ ਨਾ ਮਿੰਟੂ ਕੇ ਨਹੀਂ ਧੀਰੇ ਕੇ ਜਾ ਕੇ ਆਉਣਾ ਮਿੰਟੂ ਨਾਲ ਤਾਂ ਬਣਦੀ ਨਹੀਂ ਧੀਰੇ ਕੇ ਓਏ ਓਏ ਕਿਵੇਂ ਹੋ ਪੁੱਤ ਠੀਕ ਆ ਮਾਸਟਰ ਜੀ ਟਿਊਸ਼ਨ ਤੇ ਨਹੀਂ ਆਉਂਦਾ ਏ ਉਹ ਭੈਣ ਤੇ ਨਹੀਂ ਜੇ ਅਸੀਂ ਨਹੀਂ ਤੇਰੇ ਨਾਲ ਟਿਊਸ਼ਨ ਤੇ ਹੋ ਗਿਆ ਤੇਰਾ ਜਵਾਕ ਹੀ ਮਨਾਤਾ ਸੀ ਅਰੇ ਤਾਂ ਅਸੀਂ ਵਿਆਹ ਵੀ ਕਰਾਉਣਾ ਨਹੀਂ ਕੀ ਪਤਾ ਤੂੰ ਸਾਨੂੰ ਪਹਿਲੀ ਮਾਰ ਲੈ ਤਾਂ ਮੇਰੇ ਸਾਰੇ ਜਵਾਕ ਜੀ ਹੈ ਉਹ ਹੁਣ ਨਹੀਂ ਕੋਈ ਆਉਂਦਾ ਟਿਊਸ਼ਨ ਤੇ ਹੋਏ ਹੁਣ ਉਹ ਤੋਂ ਪੁੱਛਿਆ ਇੱਕ ਵਾਰੀ ਧੀਰੇ ਤੋਂ ਉਹ ਲਾ ਦੇਣਗੇ ਜਵਾਕ ਜਵਾਕ ਜੇ ਹੈ ਕਹਿੰਦੇ ਅਸੀਂ ਨਹੀਂ ਆਉਂਦੇ ਹਾਂਜੀ ਮਾਸਟਰ ਜੀ ਕੀ ਹਾਲ ਹੈ ਕਿਵੇਂ ਹੋ ਵਧੀਆ ਜੀ ਵਧੀਆ ਉਰੇ ਆ ਜਾਓ ਆ ਜਾਓ ਹੋ ਦੇਖਿਆ ਬੀਬੀ ਤੀਰ ਸਿਆ ਓ ਤੀਰ ਆ ਗਿਆ ਜੀ ਆ ਗਿਆ ਹੋਰ ਮਾਸਟਰ ਜੀ ਵਧੀਆ ਵਧੀਆ ਅੱਜ ਬੱਚੇ ਭੇਜੇ ਨਹੀਂ ਹੋਏ ਤੁਸੀਂ ਬੱਚੇ ਭੇਜੋ ਕਿੱਥੇ ਨੇ ਬੱਚੇ ਤਾਂ ਮਾਸਟਰ ਜੀ ਨਾਨਕੀ ਗਏ ਹੋਣੇ ਜੀ ਨਾਨਕੇ ਨਾ ਵਾਲਾ ਭੇਜਿਆ ਕਰੋ ਨਾਨਕੀ ਖਰਾਬ ਕਰਦੇ ਨੇ ਢਾਂਚਾ ਉਹ ਮਾਹੀ ਚਲੋ ਦੋ ਦਿਨ ਲਾਏ ਉਹਨੇ ਛੁੱਟੀਆਂ ਬੱਚਾ ਵਿਗੜ ਜਾਂਦਾ ਨਾਨਕੇ ਜਾ ਕੇ ਬੀਬੀ ਆ ਜਾਓ ਮਾਸਟਰ ਜੀ ਆਏ ਨੇ ਬੀਬੀ ਆ ਗਈ ਹਾਂ
ਸਤਿ ਸ੍ਰੀ ਅਕਾਲ ਮਾਸੀ ਜੀ। ਸਤਿ ਸ੍ਰੀ ਅਕਾਲ ਭਾਈ। ਹਾਂ ਹਾਂ ਬਿਲਕੁਲ ਠੀਕ ਹਾਂ ਜੀ, ਬਿਲਕੁਲ ਠੀਕ ਆ। ਹੋਰ ਸੁਣਾਓ ਮਾਸਟਰ ਜੀ। ਹਾਂ ਠੀਕ ਹੈ ਜੀ, ਠੀਕ ਆ। ਮੈਂ ਤਾਂ ਆਇਆ ਸੀ, ਮੈਂ ਬੱਚੇ ਅੱਜ ਕਿਉਂ ਨਹੀਂ ਭੇਜੇ ਬਾਈ? ਕਹਿੰਦਾ ਨਾਨਕੇ ਗਏ ਨੇ ਬੱਚੇ। ਨਾਨਕੇ ਨਾ ਭੇਜੋ ਜੀ, ਉਹਨਾਂ ਨੂੰ ਕੱਲ ਨੂੰ ਹੀ ਬੁਲਾਓ। ਆਉਣਗੇ ਭਾਈ ਨਾਨਕੇ ਤੋਂ ਆਉਣਗੇ। ਹਾਂ ਨਹੀਂ, ਕੱਲ ਨੂੰ ਬੁਲਾਓ, ਬੱਚੇ ਭੇਜੋ ਤੁਸੀਂ, ਬੱਚੇ ਵਧੀਆ ਪੜ ਰਹੇ ਨੇ। ਫੋਨ ਕਰ ਦਿਓ। ਹੂੰ ਅੱਜ ਕੋਈ ਆਇਆ ਨਹੀਂ ਹੈਗਾ। ਚਲੋ ਬੱਚਾ, ਅੱਜ ਮੈਂ ਛੁੱਟੀ ਹੀ ਕਰਤੀ ਸੀ, ਮੈਂ ਚਲੋ। ਮਾਸਟਰ ਜੀ ਵਧੀਆ ਪੜ੍ਹੀ ਜਾਂਦੇ? ਪੂਰਾ ਵਧੀਆ ਪੜ੍ਹ ਰਹੇ ਨੇ। ਮੁੱਢਲੀ ਸਹਾਇਤਾ ਵੀ ਸਾਇੰਸ ਕਿਵੇਂ ਥੱਲੇ ਧਰਤੀ ਕਿਉਂ ਗਰੋਥ ਉਹ ਕਰ ਰਹੀ ਹੈਗੀ। ਹਾਂ ਵੀ ਇੱਕ ਚੁੰਬਕ ਹੁੰਦੀ ਆ ਥੱਲੇ ਧਰਤੀ ਤੇ, ਸਾਰਾ ਸਮਝਾਤਾ, ਸਾਰੇ ਵਿਗਿਆਨ ਸਾਰੇ ਸਮਝਾ ਸਾਰਾ ਵੀ ਕਿੰਨੇ। ਹਾਂ ਵੀ 48 ਗ੍ਰਹਿ ਨੇ ਵੀ ਆਪਣੇ ਆਲੇ ਦੁਆਲੇ 48 ਗ੍ਰਹਿ। ਉਹਦਾ ਨੌ ਨੇ ਗੇ, ਉਹ 48 ਨੇ, ਮੇਰੀ ਨਿਗਾਹ ਚ 48 ਗ੍ਰਹਿ ਨੇ। ਕਣਕ ਮਿਲਦੀ ਹੋਊ ਜੀ? ਕਣਕ ਨਾ ਤੇਰੇ ਬਾਰੇ ਬੋਲਿਆ? ਹੋਰ ਜੀ ਕਿਵੇਂ ਜੀ? ਵੀ ਤੂੰ ਕੁੱਟਦਾ ਬੱਚਿਆਂ ਨੂੰ ਜਾਦੇ। ਉਹ ਤਾਂ ਜੀ ਉਹੀ ਬੋਲਤਾ ਜੀ, ਉਹ ਮੇਰਾ ਉਹ ਚੋ ਨਹੀਂ ਹੈਗਾ ਜੀ। ਮੈਂ ਤਾਂ ਉਹਨੂੰ ਮੁੱਢਲੀ ਬਰੋਟੀ ਸਾਂਧਣੀ ਸਿਖਾਉਂਦਾ ਸੀ, ਇਹ ਅਫਵਾਹ ਉੱਡ ਗਈ ਜੀ। ਉਹ ਤਾਂ ਕਹਿੰਦੀ ਜੀ ਜਵਾਕ ਦੀ ਜਾਨ ਲੈਣ ਵਾਲੀ ਕਰਤੀ ਗਲਾ ਦਾ। ਨਾ 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 ਬੇ, ਉਹਨਾਂ ਦੇ ਜਵਾਕ ਦੇ ਕੁੱਟ ਕੁੱਟ ਕੇ ਫੂਸ ਉਡਾਤਾ ਤੈ। ਮੈਂ ਅੱਜ ਤੋਂ ਬਾਅਦ ਹੱਥ ਹੀ ਨਹੀਂ ਚੁੱਕੂੰਗਾ, ਬਸ ਤੁਸੀਂ ਮੇਰੇ ਲਈ ਬੱਚੇ ਭੇਜ ਦਿਓ। ਕੋਈ ਨਾ ਭੇਜ ਦਾਂਗੇ। ਸਾਨੂੰ ਕਈ ਆਪ ਡਰ ਲੱਗਿਆ ਪਿਆ ਤਾਂ ਹੀ ਅਸੀਂ ਵੀ ਫਿਰ ਕਹਿੰਦੀ ਵਿਚਾਰ ਕਰਾਂਗੇ। ਨਾ ਪਿੱਛੇ ਭੇਜਦੇ ਨਹੀਂ, ਹੁਣ ਬੱਚੇ ਭੇਜੋ ਮੇਰੇ। ਭੇਜ ਦਾਂਗੇ, ਉਹਨਾਂ ਦੇ ਮੁੰਡੇ ਤੇ ਤਾਂ ਗਲ ਘੁੱਟਤਾ ਬੱਚੇ ਦਾ ਉਹਨਾਂ ਦੇ ਦਾ। ਉਹ ਤਾਂ ਜੀ ਉਹਨੇ ਹੁਣ ਮੇਰਾ ਕੀ ਕਸੂਰ ਆ, ਮੈਂ ਤਾਂ ਵਾਸ਼ਰੂਮ ਕਰਨ ਵਗਿਆ ਜੀ। ਹਾਂ ਬਚਾ ਤਾਂ ਮਾੜਾ ਜਿਹਾ ਬਚ ਗਿਆ ਉਹ ਬੱਚਾ ਉਹਨਾਂ ਦਾ। ਚਲੋ ਮੈਂ ਹੋਰ ਵੀ ਆਇਆ ਸੀ, ਕੋਈ ਨਾ ਬੱਚੇ 2 ਦਿਨ ਠਹਿਰ ਕੇ ਭੇਜ ਦਿਓ। ਫੀਸ ਨਾ ਬਾਬਾ ਜੀ, ਫੀਸ ਬੱਚੋ। ਓਹੋ ਮੈਂ ਵੀ ਫੀਸ ਬਾਰੇ ਵੀ ਆਇਆ ਸੀ, ਆਪਣੀ 1 ਮਹੀਨੇ ਦੀ ਫੀਸ ਹੋ ਗਈ ਤੁਹਾਡੇ? ਕੋਈ ਨਹੀਂ, ਫੀਸ ਤਾਂ ਮਾਸਟਰ ਜੀ ਲੈ ਜਾਓ, ਕੋਈ ਗੱਲ ਨਹੀਂ। ਹਾਂ ਹਾਂ ਫਿਰ ਕੀ ਗੱਲ ਆ, ਫੀਸ ਲੈ ਜਾਓ। ਮੈਂ ਸਿਲੰਡਰ ਭਰਾਉਣਾ ਨਾ, ਹਜੇ ਐਕਚੁਅਲੀ ਤਨਖਾਹਾਂ ਆ ਨਹੀਂ ਰਹੀਆਂ। ਕੋਈ ਨਾ, ਕੁਛ ਮਰਜ਼ੀ ਆਪਦਾ ਕੰਮ ਧੰਦਾ ਕਰ, ਤੂੰ ਫੀਸ ਲੈ ਜਾ। ਹਾਂ ਤੁਸੀਂ ਫੀਸ ਦਿਓ ਮੈਨੂੰ, ਆਪਣੀ 1000 ਰੁਪਇਆ ਫੀਸ ਹੈਗੀ ਦੋਨੇ ਬੱਚਿਆਂ ਦੀ। ਚੈੱਕ ਦੇ ਪੁੱਤ। ਨਹੀਂ ਆਪਾਂ ਇਹ ਕਰਦੇ 6 ਮਹੀਨਿਆਂ ਦੀ ਦੇ ਦਿੰਦੇ ਹਾਂ ਫਿਰ। ਬੈਂਕ ਚ ਲਾਉਣਾ ਨੀ ਆਉਂਦਾ, ਬਾਊਂਸ ਹੋ ਜਾਂਦੇ ਨੇ ਮੈਂ ਸੁਣਿਆ ਚੈੱਕ। ਨਹੀਂ ਤੁਸੀਂ ਮੈਨੂੰ ਕੈਸ਼ ਦੇ ਦੋ, ਕੈਸ਼ ਦੇ ਦੋ ਮਾਸੀ, ਲਿਆ ਦੋ ਕੈਸ਼, 6 ਦਾ ਲਿਆ ਦੋ। ਸਿੱਧਾ ਤੁਰਦਾ ਸੀ ਬਿਲਕੁਲ, ਇਥੋਂ ਪਤਾ ਨੀ ਕੀ ਪ੍ਰੋਬਲਮ। ਥੱਲੇ ਕਿਉਂ ਰੱਖਦੇ ਹੁੰਦੇ ਹੋ ਇਨਕਮ? ਇਨਕਮ ਆਏ ਨੀ ਕਦੇ ਵੀ ਧਰਨੀ ਚਾਹੀਦੀ, ਰੱਖ ਦਿੰਦੀ ਹੈ ਜੀ ਬਸ। ਨਹੀਂ ਨਹੀਂ ਏਦਾਂ ਥੋੜੀ ਹੁੰਦਾ, ਬਸ ਬਸ ਆ ਇੱਕ ਹੋਰ ਹੈ ਜੀ ਬਸ। ਅੱਛਾ 6 ਮਹੀਨਿਆਂ ਦੀ ਯਾਰ ਬਹੁਤ ਅੱਛੀ ਫੀਸ ਆ ਤੁਹਾਡੀ। ਕਿੱਥੇ ਆ ਦੇਖੋ ਜੀ ਮਾੜਾ, ਕਿੱਥੇ ਜਲੂਸ ਕੱਢਿਆ ਪਿਆ ਮੇਰਾ, ਜਾਨ ਚੋਗੀ ਛੱਡੀ ਆ ਮੈਂ। ਉਹ ਯਾਰ ਮੇਰੇ ਤਾਂ ਡਿਪਰੈਸ਼ਨ ਚੱਲ ਰਿਹਾ, ਮੇਰੇ ਤਾਂ ਸਣੀ ਮਾੜਾ ਚੱਲ ਰਿਹਾ, ਘਰੇ ਆ ਜਾ, ਆਓ ਥਾਣੇ ਚ ਨਾ ਧਰੂ ਮੇਰਾ। ਲੱਗਦਾ ਡਿਪਰੈਸ਼ਨ ਦਾ, ਜੇ ਇਹੋ ਜਿਹੇ ਕੰਮ ਕਰੇਗਾ ਤਾਂ ਥਾਣੇ ਚ ਹੀ ਨਾਮ ਜਾਊਗਾ, ਹੋਰ ਕੀ ਹੋਊਗਾ। ਮੈਨੂੰ ਮੁਫਤ ਚ ਬਦਨਾਮ ਕਰਿਆ, ਓ ਸ਼ਿਟ, ਓਏ ਆ ਜਾ ਯਾਰ। ਮੈਂ ਨਹੀਂ ਜਾਣਾ ਹੈਗਾ, ਭੱਗ ਜਾ। ਮੰਨਦੀ ਨਹੀਂ ਹੁਣ ਤੂੰ? ਨਹੀਂ ਮੰਨਦੀ, ਮੈਂ ਧੱਕਾ ਕਰੂੰ ਫਿਰ ਮੈਂ ਥਾਪੜਾ ਮਾਰੂੰ। ਐਵੇਂ ਕੀ ਮੈਂ ਧੱਕਾ ਕਰੂੰਗਾ,
तेरा ही धक्का चली जाता बग जा इतों मैं तो बस उड़ीकती पी बस आने वाली है दो चार मिनट च जनाल वाली बस आऊगी मैं चढ़ के चली जाऊंगी इतों बस चल फिर दो दिन लाए बद ना ला के चंगा आहो जा तू मेरा जी नहीं लगता मैं दो ला के आवा चार ला के आवा मेरी मर्जी आ ओनली दो जा दो डे ला के आने ने बस सारे पिंड च जुलूस कढ़िया खंड कित्थे भैया लभ ली मैनू नहीं पता नाले तेनू पता लगूगा चाह पानी बनाएगा आ जा यार मैं नहीं जाती हैगी प्लीज नहीं जाना मैं चल फिर दो दिन ला आई बद ना ला के आई हुणे लगू पता जदों बनाऊंगा रोटियां लंदा दे थापड़ा जुलूस कढ़ के रखता।